ਚਾਵਾਂ ਦੇ ਨਾਲ ਲਾੜੀ ਨੂੰ ਵਿਆਹਣ ਜਾ ਰਹੇ ਲਾੜੇ ਦੇ ਕਾਰ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਜਿਸ ਦੇ ਵਿੱਚ ਲਾੜੇ ਦੀ ਵੀ ਮੌਤ ਹੋ ਗਈ ਹੈ। ਬੇਹੱਦ ਮੰਦਭਾਗੀ ਖਬਰ ਮੋਗਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਲਾੜੀ ਨੂੰ ਵਿਆਹਣ ਜਾ ਰਹੇ ਲਾੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇੱਕ ਖੜੇ ਟਰਾਲੇ ਦੇ ਨਾਲ ਟਕਰਾਉਣ ਕਾਰਨ ਕਿਹਾ ਜਾ ਰਿਹਾ ਹੈ ਕਿ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ, ਜਿਸ ਦੇ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ। ਦੱਸ ਦਈਏ ਕਿ ਫਾਜ਼ਿਲਕਾ ਤੋਂ ਲੁਧਿਆਣਾ ਇਹ ਬਰਾਤ ਜਾ ਰਹੀ ਸੀ ਅਤੇ ਜਿਵੇਂ ਹੀ ਇਹ ਮੋਗਾ ਦੇ ਅਜੀਤਵਾਲਾ ਦੇ ਕੋਲ ਪਹੁੰਚਦੀ ਹੈ ਤਾਂ ਉੱਥੇ ਲਾੜੇ ਦੀ ਜੋ ਫੁੱਲਾਂ ਨਾਲ ਸਜਾਈ ਹੋਈ ਕਾਰ ਹੈ ਉਹ ਇੱਕ ਖੜ੍ਹੇ ਟਰਾਲੇ ਦੇ ਨਾਲ ਟਕਰਾ ਜਾਂਦੀ ਹੈ, ਜਿਸ ਤੋਂ ਬਾਅਦ ਉੱਥੇ ਹੀ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਤੇ ਮ੍ਰਿਤਕਾਂ ਦੇ ਵਿੱਚ ਲਾੜਾ ਵੀ ਸ਼ਾਮਿਲ ਹੈ। ਤਾਂ ਕਿਹਾ ਜਾ ਸਕਦਾ ਹੈ ਕਿ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਲਾੜੀ ਨੂੰ ਵਿਆਹਣ ਜਾ ਰਹੇ ਲਾੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਫੁੱਲਾਂ ਵਾਲੀ ਗੱਡੀ ਜੋ ਹੈ ਉਹ ਚੱਕਣਾ ਚੂਰ ਹੋ ਗਈ ਹੈ, ਖੜ੍ਹੇ ਟਰਾਲੇ ਦੇ ਨਾਲ ਉਸਦੀ ਭਿਆਨਕ ਟੱਕਰ ਹੋਈ ਹੈ ਅਤੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਲਾੜੇ ਸਮੇਤ ਦੋ ਦੀ ਜਾਨ ਚਲੀ ਗਈ ਹੈ, ਜਦਕਿ ਚਾਰ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਫੁੱਲਾਂ ਵਾਲੀ ਗੱਡੀ ਸਜਾਈ ਹੋਈ ਸੀ, ਜਿਸ ਦੇ ਵਿੱਚ ਲਾੜਾ ਪੂਰੇ ਚਾਵਾਂ ਦੇ ਨਾਲ ਲਾੜੀ ਨੂੰ ਵਿਆਹਣ ਦੇ ਲਈ ਜਾ ਰਿਹਾ ਸੀ। ਪਰ ਅਚਾਨਕ ਹੀ ਇਹ ਮੰਦਭਾਗਾ ਹਾਦਸਾ ਵਾਪਰ ਗਿਆ, ਜਿਸ ਦੇ ਵਿੱਚ ਪਰਿਵਾਰ ਦੀਆਂ ਖੁਸ਼ੀਆਂ ਸਾਰੀਆਂ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ। ਤਾਂ ਦੱਸ ਦਈਏ ਕਿ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਬਰਾਤ ਜਦੋਂ ਫਾਜ਼ਿਲਕਾ ਤੋਂ ਲੁਧਿਆਣਾ ਜਾ ਰਹੀ ਸੀ ਤਾਂ ਮੋਗਾ ਦੇ ਅਜੀਤਵਾਲਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਦੇ ਵਿੱਚ ਲਾੜੇ ਸਮੇਤ ਦੋ ਦੀ ਜਾਨ ਚਲੀ ਗਈ, ਜਦਕਿ ਚਾਰ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਹਾਲਾਂਕਿ ਇਸ ਹਾਦਸੇ ਦੀ ਹੁਣ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ, ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਵਿਆਹ ਦਾ ਚਾਹ ਸੀ ਲਾੜੇ ਨੂੰ, ਪਰ ਇਹ ਹੁਣ ਚਾਹ ਧਰੇ ਦੇ ਧਰੇ ਰਹਿ ਗਏ। ਦੱਸ ਦਈਏ ਕਿ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਲਾੜੇ ਦੀ ਜੋ ਗੱਡੀ ਸੀ ਉਹ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੇ ਕਾਰਨ ਲਾੜੇ ਸਮੇਤ ਤਿੰਨ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਇਹ ਨਾ ਦੀਪੂ ਜੀ ਗੱਲ ਪਤਾ ਕੀ ਹੈ, ਐਕਸੀਡੈਂਟ ਹੋਇਆ ਧੁੰਦ ਕਾਰਨ ਹੋਇਆ, ਕਿਉਂਕਿ ਟਰੱਕ ਸੀ ਖੜ੍ਹਾ, ਇਹ ਗੱਡੀ ਵਿਆਹ ਵਾਲੀ ਹੈ ਜਿਹੜੀ ਇਹਦੇ ਵਿੱਚ ਵੱਜੀ ਹੈ। ਦੋ ਡੈੱਡ ਬੋਡੀਆਂ ਅਸੀਂ ਲੈ ਕੇ ਆਏ ਹਾਂ, ਦੋ ਜਗਰਾਊ ਹਾਂ ਡੈੱਡ ਬੋਡੀਆਂ, ਇੱਕ ਪੇਸ਼ੈਂਟ ਰੈਫਰ ਕੀਤਾ ਇੱਥੋਂ ਮੋਗੇ ਤੋਂ ਫਰੀਦਕੋਟ ਨੂੰ। ਕਿੰਨੇ ਜਣੇ ਸਵਾਰ ਸੀ ਗੱਡੀ 'ਚ, ਕਿੱਥੋਂ ਆ ਰਹੇ ਸੀ? ਸਵਾਰ ਇਹ ਬਰਾਤ ਆ ਰਹੀ ਸੀ ਇੱਧਰ ਫਾਜ਼ਿਲਕਾ ਤੋਂ, ਤਾਂ ਇਹਨਾਂ ਨੇ ਮੇਰਾ ਪਤਾ ਨਹੀਂ ਕਿੱਥੇ ਜਾਣਾ ਸੀਗਾ। ਅਤੇ ਐਕਸੀਡੈਂਟ ਕਿੱਥੇ ਹੋਇਆ ਜੀ? ਇਹ ਐਕਸੀਡੈਂਟ ਹੋਇਆ ਜੈਤ ਵੱਲ ਟੱਪ ਕੇ। ਕਾਹਦੇ ਵਿੱਚ ਵੱਜੀ? ਕਾਹਦੇ 'ਚ? ਇੱਕ ਟਰੱਕ ਖੜ੍ਹਾ ਸੀਗਾ, ਟਰੱਕ ਖੜ੍ਹੇ ਦੇ ਵਿੱਚ ਵੱਜੀ ਹੈ। ਕਿਹਦੀ ਕਿਹਦੀ ਮੌਤ ਹੋਈ ਹੈ, ਕੋਈ ਜਾਣਕਾਰੀ ਹੈ? ਇੱਕ ਅਗਰੇਜ ਸਿੰਘ ਹੈ ਜਿਹੜਾ ਅਸੀਂ ਲੈ ਕੇ ਆਏ ਹਾਂ, ਸਨ ਆਫ ਸਤਨਾਮ ਸਿੰਘ ਹੈ, ਇੱਕ ਬੱਚੀ ਹੈ 4 ਸਾਲ ਦੀ ਜਿਹੜੀ ਉਹ ਅਸੀਂ ਲੈ ਕੇ ਆਏ ਹਾਂ। ਅਤੇ ਜਾਣਕਾਰੀ ਇਹ ਵੀ ਮਿਲੀ ਹੈ ਕਿ ਦੁੱਲੇ ਦੀ ਵੀ ਮੌਤ ਹੋਈ ਹੈ? ਦੁੱਲੇ ਦੀ ਵੀ ਮੌਤ ਹੋਈ ਹੈ ਜੀ। ਉਹਦਾ ਕੀ ਨਾਂ ਹੈ? ਉਹਦਾ ਨਾਂ ਨਹੀਂ ਮੈਨੂੰ ਹਾਲੇ ਪੂਰਾ ਕਨਫਰਮ, ਉਹ ਜਗਰਾਊਂ ਹੈ। ਮੌਤ ਕਿਹਦੇ ਨਾਲ ਹੋਇਆ ਟੋਟਲ? ਬੋਤਲ ਹੋ ਗਈਆਂ ਜੀ ਤਕਰੀਬਨ 3। ਰੈਫਰ? ਰੈਫਰ ਇੱਕ ਇੱਥੋਂ ਫਰੀਦਕੋਟ ਨੂੰ ਹੋਇਆ, ਅਤੇ ਬਾਕੀ ਹਾਲੇ ਉੱਥੇ ਲੁਧਿਆਣੇ ਜਗਰਾਊਂ ਤੋਂ ਪਤਾ ਲੱਗੂਗਾ ਵੀ ਕਿਹੜੇ ਕਿਹੜੇ ਗਏ। ਸੁਨੈਸੀ ਜੀ, ਤੁਹਾਡੇ ਸਮਾਜ ਸੇਵਾ ਸੁਸਾਇਟੀ ਵੱਲੋਂ ਜਾ ਕੇ ਉੱਥੋਂ ਲੈ ਕੇ ਆਇਆ ਗਿਆ ਜ਼ਖਮੀਆਂ ਨੂੰ ਅਤੇ ਜਿਹੜੇ ਡੈੱਡ ਬੋਡੀਆਂ ਨੂੰ ਲੈ ਕੇ ਆਇਆ, ਕਿਸ ਤਰ੍ਹਾਂ ਦੇ ਹਾਲਾਤ? ਉੱਥੇ ਹਾਲਾਤ ਦੇਖੋ ਜੀ, ਕਾਰ ਦੇ ਤਾਂ ਬਹੁਤ ਮਾੜੇ ਆ, ਉਹ ਫੋਟੋਆਂ ਵੀ ਖਿੱਚੀਆਂ ਦੇ ਦਿੰਦੇ ਤੁਹਾਨੂੰ, ਪਰ ਲੇਕਿਨ ਜਿਹੜਾ ਟਰੱਕ ਖੜ੍ਹਾ ਹੈ ਉਹ ਸਾਈਡ 'ਤੇ ਖੜ੍ਹਾ ਹੈ, ਹੁਣ ਇਹ ਮਾਲਕ ਜਾਣਦਾ ਵੀ ਧੁੰਦ ਕਾਰਨ ਜਿਹੜਾ ਇਹ ਕਿਸੇ ਦੀ ਗਲਤੀ ਤਾਂ ਨਹੀਂ ਮੰਨੀ ਜਾ ਸਕਦੀ, ਪਰ ਲੇਕਿਨ ਉਹ ਤਾਂ ਪੁਲਿਸ ਜਾਂਚ ਕਰ ਰਹੀ ਹੈ, ਉਹ ਤੋਂ ਪਤਾ ਲੱਗੂਗਾ। ਟਰੱਕ ਦੇ ਵਿੱਚ ਕਿਹੜੀ ਸੀ ਜੀ? ਟਰੱਕ ਲੋਡ ਹੈ ਜੀ। ਅਸੀਂ ਇਹ ਕਿੱਧਰੋਂ ਆ ਰਹੇ ਸੀ, ਕਿੱਧਰ ਪਹੁੰਚ ਜਾ ਰਹੇ? ਇਹ ਆ ਰਹੇ ਸੀ, ਬਰਾਤ ਆ ਰਹੀ ਸੀ ਫਾਜ਼ਿਲਕਾ ਤੋਂ, ਇਹ ਜਾ ਗਾਂ ਅੱਗੇ ਨਹੀਂ ਮੈਨੂੰ ਪਤਾ ਵੀ ਕਿਹੜੇ ਥਾਂ ਜਾ ਰਹੀ ਸੀ, ਕਿਉਂਕਿ ਕੋਈ ਦੱਸਣ ਦੀ ਸਥਿਤੀ 'ਚ ਨਹੀਂ ਸੀਗਾ ਵੀ ਬਰਾਤ ਕਿੱਥੇ ਜਾ ਰਹੀ ਸੀ।